ਇੱਕ ਪਿੰਡ ਵਿੱਚ ਦੋ ਭੈਣਾਂ ਰਹਿੰਦੀਆਂ ਸਨ। ਵੱਡੀ ਦਾ ਨਾਂ ਸੀ ਕੇਸਰ ਤੇ ਛੋਟੀ ਦਾ ਨਾਂ ਸੀ ਕਚਨਾਰ। ਕੇਸਰ ਦੇ 8 ਪੁੱਤਰ ਸਨ, ਪਰ ਕਚਨਾਰ ਦੀ ਗੋਦ ਵਿੱਚ ਕੋਈ ਬੱਚਾ ਨਹੀਂ ਸੀ। ਉਹ ਬੱਚਾ ਨਾ ਹੋਣ ਕਰਕੇ ਬਹੁਤ ਦੁਖੀ ਸੀ ਤੇ ਇਸੇ ਕਾਰਨ ਆਪਣੀ ਭੈਣ ਕੇਸਰ ਨਾਲ ਬਹੁਤ ਈਰਖਾ ਕਰਦੀ ਸੀ। ਉਹਦੇ ਮਨ ਵਿੱਚ ਈਰਖਾ ਦੀ ਅਗਨੀ ਇੰਨੀ ਵੱਧ ਗਈ ਸੀ ਕਿ ਉਹਨੇ ਕੇਸਰ ਦੇ 8 ਪੁੱਤਰਾਂ ਨੂੰ ਮਾਰ ਮੁਕਾਉਣ ਦਾ ਫੈਸਲਾ ਕਰ ਲਿਆ। ਇਸ ਮੰਦੀ ਭਾਵਨਾ ਦੇ ਵੱਸ ਉਹਨੇ ਇੱਕ ਦਿਨ ਲੱਡੂ ਪਕਾਏ ਤੇ ਉਸ ਵਿੱਚ ਇੱਕ ਜ਼ਹਿਰ ਮਿਲਾ ਦਿੱਤੀ। ਜ਼ਹਿਰੀਲੇ ਲੱਡੂ ਨੂੰ ਕੇਸਰ ਦੇ ਘਰ ਭੇਜ ਕੇ ਉਹਨੇ ਨਾਲ ਇਹ ਸੁਨੇਹਾ ਭੇਜ ਦਿੱਤਾ ਕਿ ਲੱਡੂ ਬੱਚਿਆਂ ਲਈ ਹਨ। ਬੱਚਿਆਂ ਨੇ ਲੱਡੂ ਬੜੀ ਖੁਸ਼ੀ ਅਤੇ ਚਾਅ ਨਾਲ ਖਾਧੇ, ਪਰੰਤੂ ਬੱਚਿਆਂ ਉੱਤੇ ਜ਼ਹਿਰ ਦਾ ਰੱਤੀ ਭਰ ਵੀ ਅਸਰ ਨਹੀਂ ਹੋਇਆ। ਉਹ ਤਾਂ ਪਹਿਲਾਂ ਵਾਂਗ ਹੀ ਖੁਸ਼ੀ ਖੁਸ਼ੀ ਖੇਡਦੇ ਰਹੇ ਸਨ। ਜਦੋਂ ਕਚਨਾਰ ਨੂੰ ਪਤਾ ਲੱਗਿਆ ਕਿ ਜ਼ਹਿਰੀਲੇ ਲੱਡੂਆਂ ਦਾ ਬੱਚਿਆਂ 'ਤੇ ਕੋਈ ਅਸਰ ਨਹੀਂ ਹੋਇਆ ਤਾਂ ਉਹ ਸੜ ਬਲ ਗਈ। ਉਸਨੇ ਬੱਚਿਆਂ ਨੂੰ ਮਾਰਨ ਦੀ ਇੱਕ ਹੋਰ ਬਿਉਂਤ ਬਣਾਈ। ਕਚਨਾਰ ਨੇ ਬਾਜ਼ਾਰੋਂ ਇੱਕ ਟੋਕਰੀ ਖਰੀਦੀ ਤੇ ਉਸ ਵਿੱਚ ਜ਼ਹਿਰੀਲੇ ਸੱਪ, ਕੰਨ ਖੰਜੂਰੇ, ਬਿੱਛੂ ਅਤੇ ਹੋਰ ਜ਼ਹਿਰੀਲੇ ਡੰਗ ਮਾਰਨ ਵਾਲੇ ਜੀਵ ਬੰਦ ਕਰਕੇ ਉੱਪਰੋਂ ਢੱਕਣ ਲਾ ਦਿੱਤਾ ਤੇ ਟੋਕਰੀ ਕੇਸਰ ਦੇ ਘਰ ਭੇਜ ਦਿੱਤੀ ਤੇ ਨਾਲ ਹੀ ਇਹ ਸੁਨੇਹਾ ਘੱਲਿਆ, ਭੈਣ ਮੇਰੀਏ, ਟੋਕਰੀ ਵਿੱਚ ਖਿਡੌਣੇ ਨੇ, ਇਹ ਤੇਰੇ ਮੁੰਡਿਆਂ ਲਈ ਭੇਜ ਰਹੀ ਹਾਂ। ਆਪਣੀ ਭੈਣ ਵਾਲੇ ਖਿਡੌਣਿਆਂ ਦੀ ਸੁਗਾਤ ਪ੍ਰਾਪਤ ਕਰਕੇ ਕੇਸਰ ਬਹੁਤ ਖੁਸ਼ ਹੋਈ। ਬੂਹੇ ਵਿੱਚੋਂ ਹੀ ਬਾਹਰ ਖੇਡਦੇ ਬੱਚਿਆਂ ਨੂੰ ਆਵਾਜ਼ ਮਾਰੀ, ਪੁੱਤਰੋ ਛੇਤੀ ਆਓ, ਤੁਹਾਡੀ ਮਾਸੀ ਨੇ ਤੁਹਾਡੇ ਲਈ ਖਿਡੌਣਿਆਂ ਦੀ ਟੋਕਰੀ ਭਰ ਕੇ ਭੇਜੀ ਹੈ। ਬੱਚੇ ਦੌੜੇ ਦੌੜੇ ਆਏ ਤੇ ਬੜੀ ਉਤਸੁਕਤਾ ਨਾਲ ਵੇਖਣ ਲੱਗੇ ਕਿ ਟੋਕਰੀ 'ਚ ਕੀ ਹੈ। ਟੋਕਰੀ ਦਾ ਢੱਕਣ ਖੋਲ੍ਹਿਆ ਗਿਆ, ਸੱਚਮੁੱਚ ਹੀ ਇਸ ਵਿੱਚ ਬਹੁਤ ਸਾਰੀਆਂ ਗੁੱਡੀਆਂ ਤੇ ਕਈ ਪ੍ਰਕਾਰ ਦੇ ਖਿਡੌਣੇ ਸਨ। ਖਿਡੌਣੇ ਵੇਖ ਕੇ ਬੱਚੇ ਬੜੇ ਖੁਸ਼ ਹੋਏ ਅਤੇ ਖੁਸ਼ੀ ਵਿੱਚ ਕਲਕਾਰੀਆਂ ਮਾਰਨ ਲੱਗੇ। ਸਭ ਨੇ ਆਪਣੀ ਆਪਣੀ ਮਨਪਸੰਦ ਦਾ ਖਿਡੌਣਾ ਚੁੱਕ ਲਿਆ ਅਤੇ ਆਪਣੀ ਆਪਣੀ ਖੇਡ ਵਿੱਚ ਰੁੱਝ ਗਏ। ਕਚਨਾਰ ਦੀ ਇਹ ਸਾਜ਼ਿਸ਼ ਵੀ ਸਫਲ ਨਾ ਹੋਈ। ਉਹਦੇ ਅੰਦਰ ਈਰਖਾ ਦੀ ਅੱਗ ਹੋਰ ਵੀ ਮਗਦੀ ਰਹੀ। ਉਹਨੂੰ ਸ਼ੱਕ ਸੀ ਕਿ ਉਹਦੀ ਭੈਣ ਕੋਈ ਜਾਦੂ ਜਾਣਦੀ ਹੈ। ਅਚਾਨਕ ਹੀ ਕੁਝ ਸਮੇਂ ਮਗਰੋਂ ਕਚਨਾਰ ਦੀ ਕੁੱਖੋਂ ਇੱਕ ਬੱਚੀ ਨੇ ਜਨਮ ਲਿਆ। ਬੜੇ ਲੰਮੇ ਸਮੇਂ ਮਗਰੋਂ ਪਰਮਾਤਮਾ ਨੇ ਉਹਦੀ ਸੁਣ ਲਈ ਸੀ, ਪਰ ਡਾਡੇ ਦੀਆਂ ਲਿਖੀਆਂ ਨੂੰ ਕੌਣ ਮੇਟ ਸਕਦਾ ਹੈ। ਇੱਕ ਦਿਨ ਉਹਦੀ ਬੱਚੀ ਥੋੜਾ ਜਿਹਾ ਬਿਮਾਰ ਪੈ ਕੇ ਮਰ ਗਈ। ਧੀ ਦੀ ਮੌਤ ਕੀ ਹੋਈ? ਕਚਨਾਰ ਦੇ ਮਨ ਵਿੱਚ ਆਪਣੀ ਭੈਣ ਪ੍ਰਤੀ ਈਰਖਾ ਦੀ ਅਗਨੀ ਹੋਰ ਪ੍ਰਚੰਡ ਹੋ ਗਈ। ਲੜਕੀ ਭਾਵੇਂ ਆਪਣੇ ਆਪ ਮਰੀ ਸੀ, ਪਰ ਕਚਨਾਰ ਨੇ ਆਪਣੀ ਭੈਣ ਨੂੰ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਦੀ ਸੋਚੀ। ਬੱਚੀ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਕੇ ਕਚਨਾਰ ਕੇਸਰ ਦੇ ਘਰ ਪਹੁੰਚ ਗਈ। ਬੱਚੇ ਬਾਹਰ ਖੇਡ ਰਹੇ ਸਨ ਅਤੇ ਉਹ ਅੰਦਰ ਗੁਸਲਖਾਨੇ ਵਿੱਚ ਇਸ਼ਨਾਨ ਕਰ ਰਹੀ ਸੀ। ਕੇਸਰ ਭੈਣ, ਤੂੰ ਕਿੱਥੇ ਹੈ? ਕਚਨਾਰ ਨੇ ਆਲੇ ਦੁਆਲੇ ਨਜ਼ਰ ਦੌੜਾ ਕੇ ਆਵਾਜ਼ ਦਿੱਤੀ। ਮੈਂ ਇੱਥੇ ਹੀ ਹਾਂ, ਗੁਸਲਖਾਨੇ ਵਿੱਚ ਨਹਾ ਰਹੀ ਹਾਂ, ਮੈਂ ਹੁਣੇ ਆਈ, ਤੂੰ ਆਰਾਮ ਨਾਲ ਬਹਿ, ਕੇਸਰ ਨੇ ਅੰਦਰੋਂ ਜਵਾਬ ਦਿੱਤਾ। ਕਚਨਾਰ ਨੇ ਬੱਚੀ ਦੀ ਲਾਸ਼ ਨੂੰ ਪੰਘੂੜੇ ਵਿੱਚ ਪਾ ਕੇ ਕਿਹਾ, ਭੈਣੇ, ਬੱਚੀ ਨੂੰ ਪੰਘੂੜੇ ਵਿੱਚ ਪਾ ਚੱਲੀ ਹਾਂ, ਕਾਲੀ ਵਿੱਚ ਹਾਂ, ਛੇਤੀ ਹੀ ਮੁੜ ਆਵਾਂਗੀ, ਇਹਦਾ ਖਿਆਲ ਰੱਖੀ। ਗੁਸਲਖਾਨੇ ਵਿੱਚੋਂ ਕੇਸਰ ਬੋਲੀ, ਤੂੰ ਬੇਫਿਕਰ ਰਹਿ, ਮੈਂ ਪੂਰਾ ਧਿਆਨ ਰੱਖਾਂਗੀ। ਕੇਸਰ ਇਸ਼ਨਾਨ ਕਰਕੇ ਬਾਹਰ ਆਈ। ਉਹਨੇ ਵੇਖਿਆ ਬੱਚੀ ਪੰਘੂੜੇ 'ਚ ਭੂਕ ਸੁੱਤੀ ਪਈ ਹੋਈ ਹੈ। ਕੁਝ ਪਲ ਬੀਤਣ 'ਤੇ ਕਚਨਾਰ ਮੁੜ ਆਈ। ਉਹ ਇਸ ਆਸ ਨਾਲ ਆਈ ਸੀ ਕਿ ਉਹ ਬੱਚੀ ਦੀ ਮੌਤ ਦਾ ਦੋਸ਼ ਆਪਣੀ ਭੈਣ ਦੇ ਸਿਰ ਮੜ ਕੇ ਉਹਦੇ ਨਾਲ ਲੜਾਈ ਕਰੇਗੀ। ਇੱਕ ਦਿਸ਼ਾ ਤੋਂ ਕੇਸਰ ਤੇ ਦੂਜੇ ਪਾਸਿਓਂ ਕਚਨਾਰ ਪੰਘੂੜੇ ਵੱਲ ਵਧੀਆਂ। ਆਹ, ਇੰਨੀ ਹੈਰਾਨੀਜਨਕ ਗੱਲ, ਬੱਚੀ ਖੇਡ ਰਹੀ ਸੀ। ਕਚਨਾਰ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਉਹਨੂੰ ਅਫਸੋਸ ਵੀ ਸੀ ਤੇ ਖੁਸ਼ੀ ਵੀ। ਅਫਸੋਸ ਇਸ ਗੱਲ ਦਾ ਸੀ ਕਿ ਉਹ ਐਵੇਂ ਆਪਣੀ ਭੈਣ ਨਾਲ ਈਰਖਾ ਕਰਦੀ ਰਹੀ, ਤੇ ਖੁਸ਼ੀ ਇਸ ਗੱਲ ਦੀ ਸੀ ਕਿ ਉਹਦੀ ਧੀ ਉਹਨੂੰ ਦੁਬਾਰਾ ਮਿਲ ਗਈ ਸੀ। ਉਹ ਆਪਣੇ ਆਪ ਹੀ ਪਛਤਾਪ ਕਰਨ ਲੱਗੀ। ਮੰਦਭਾਵਨਾ ਅਤੇ ਈਰਖਾ ਉਹਦੇ ਅੰਦਰੋਂ ਕਿਧਰੇ ਉੱਡ ਗਈ ਸੀ। ਅੱਖਾਂ ਵਿੱਚ ਹੰਝੂ ਭਰ ਕੇ ਉਹ ਬੋਲੀ, ਭੈਣੇ, ਮੈਨੂੰ ਮਾਫ਼ ਕਰੇ,
ਮੈਂ ਤੇਰਾ ਬਹੁਤ ਬੁਰਾ ਕੀਤਾ। ਮੈਂ ਆਪਣੀ ਬੱਚੀ ਦੀ ਮੌਤ ਦਾ ਦੋਸ਼ ਤੇਰੇ ਤੇ ਲਾਉਣਾ ਚਾਹੁੰਦੀ ਸਾਂ। ਇਹ ਤੇਰੀ ਦਰਿਆ ਦਿਲੀ ਦਾ ਫਲ ਹੈ। ਉਸਨੂੰ ਦੁਬਾਰਾ ਜ਼ਿੰਦਗੀ ਮਿਲ ਗਈ ਹੈ। ਹੁਣ ਮੈਂ ਅੱਗੇ ਤੋਂ ਕਿਸੇ ਦਾ ਮਾੜਾ ਨਹੀਂ ਸੋਚਾਂਗੀ। ਕੇਸਰ ਬੜੀ ਹੈਰਾਨ ਹੋਈ ਕਚਨਾਰ ਦੀਆਂ ਗੱਲਾਂ ਸੁਣ ਰਹੀ ਸੀ। ਉਹਦੇ ਲਈ ਸੱਚਮੁੱਚ ਹੀ ਇਹ ਇੱਕ ਅਲੋਕਾਰ ਗੱਲ ਸੀ।